ਕਰਨਾ ਹੋ ਜੱਗਾ ਜੀ ਸਵਾਗਤ ਹੈ। ਪਰਸੋਂ ਵੱਡਾ ਕਬੱਡੀ ਕੱਪ ਕਰਵਾਇਆ ਤੇ ਵੱਡੇ ਮਾਣ ਦਿੱਤੇ ਨੇ। ਜਿਹੜੀ ਵੀ ਟੀਮ ਆਈ ਹੈ ਸਾਡੇ ਨਾਲ ਸੰਪਰਕ ਕੀਤਾ ਜਾਵੇ। ਜਿਹੜੀ ਵੀ ਟੀਮ ਆਈ ਹੈ ਇਹ ਸਾਡੇ ਸੋਨੀ ਜੀ ਹੈ ਜੀ, ਕੋਚ ਸਾਹਿਬ ਜੋਗੇਵਾਲ ਕਬੱਡੀ ਕੋਚ। ਹਾਂਜੀ, ਇਸ ਤੋਂ ਬਾਅਦ ਬਜ਼ੁਰਗਾਂ ਦਾ ਮੈਚ ਹੋਵੇਗਾ, ਬਜ਼ੁਰਗਾਂ ਦਾ ਮੈਚ ਹੋਵੇਗਾ। ਬਹਿ ਕੇ ਦੇਖ ਜਵਾਨਾਂ, ਬਾਬੇ ਕੌਡੀ ਪਾਉਂਦੇ ਨੇ, ਬਾਬਿਆਂ ਦੀ ਕਬੱਡੀ ਹੋਣੀ ਆ ਨੌਜਵਾਨੋ। ਲੱਖਾਂ ਕੋਠੇ ਜੱਟਾਂ ਵਾਲਾ ਵੀ ਖੇਡੇਗਾ ਇਸ ਮੈਦਾਨ। ਕਮਲ ਸਟੂਡੀਓ ਵਾਲਿਆਂ ਦੇ ਕੈਮਰੇ ਜਿਹੜੇ ਫੋਕਸ ਨੇ ਬਹੁਤ ਵੱਡੇ, ਮੋਮੀ ਸਟੂਡੀਓ ਵਾਲਿਆਂ ਦੇ ਕੈਮਰੇ ਫੋਕਸ ਕੀਤੇ ਜਾ ਰਹੇ ਨੇ, ਵੱਡੇ ਮਾਣ ਵਾਲੀ ਗੱਲ ਹੈ। ਇਹ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਅੱਜ ਦੇ ਇਸ ਖੇਡ ਮੇਲੇ ਦੀਆਂ ਗੱਲਾਂ ਹੋਈਆਂ ਨੇ, ਸਾਡੇ ਮੋਮੀ ਸਟੂਡੀਓ ਵਾਲਿਆਂ ਦੇ ਕੈਮਰੇ ਜਿਹੜੇ ਫੋਕਸ ਨੇ, ਕਬੱਡੀ ਤਾਂ ਸੱਪਾਂ ਡੋਟ ਕਾਮ ਦੀ ਟੀਮ ਦਾ ਵੱਡਾ ਸਹਿਯੋਗ। ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ। ਜੱਗੂ ਵੀ ਪਹੁੰਚਿਆ ਨੌਜਵਾਨੋ ਧਾਲੀਵਾਲ ਬੇਟ ਦੀ ਧਰਤੀ ਤੇ 17 ਤੇ 18 ਮਾਰਚ ਨੂੰ, ਜਿੱਥੇ I-20 ਗੱਡੀ ਦਿੱਤੀ ਗਈ ਨੌਜਵਾਨੋ ਬਾਨੇ ਨੂੰ, ਅਮਨ ਠਿਕੜੀ ਨੂੰ ਸਵਿਫਟ ਗੱਡੀ ਦੇ ਨਾਲ ਮਾਨ ਸਨਮਾਨ ਦਿੱਤਾ ਗਿਆ। ਅੱਜ ਨੌਜਵਾਨੋ ਮੋਟਰਸਾਈਕਲ ਜਿੰਦਰ ਵਿਰਕ ਲਾਈਵ ਤੱਕਦਾ ਹੋਇਆ ਫਰਾਸਤਾ ਕਹਿੰਦਾ ਵੀ ਆਪਾਂ ਮੋਟਰਸਾਈਕਲ ਦੇਵਾਂਗੇ। ਇਹ ਮਾਨ ਸਨਮਾਨ ਦਿੱਤੇ ਜਾ ਰਿਹਾ ਹੈ ਬੈਸਲੇਟਰ ਦੇ ਬੈਸਾਫੀ ਨੂੰ। ਕਾਲੇ ਨੂੰ ਬੇਨਤੀ ਆ ਕਿ ਸਟੇਜ ਤੇ ਪਹੁੰਚੇ, ਕਾਲਾ ਪੰਚਾਇਤ ਮੈਂਬਰ ਸਟੇਜ ਤੇ ਪਹੁੰਚੇ ਦੀ ਕਿਰਪਾਲਤਾ ਕਰੇ। ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਸਾਡੇ ਕੋਲ ਵਿਰਾਜਮਾਨ ਹੋਏ ਨੇ। ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦੀਏ ਮਹਾਂਪੁਰਸ਼ਾਂ ਦੇ ਨਾਂ ਦੀਆਂ। ਬੋਲੇ ਸੋਨਿਆਲ ਸਤਿ ਸ੍ਰੀ ਅਕਾਲ। ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ। ਧੰਨ ਧੰਨ ਬਾਬਾ ਤੇਜਾ ਸਿੰਘ ਜੀ ਤੇ ਧੰਨ ਧੰਨ ਬਾਬਾ ਮਿਲਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਕਬੱਡੀ ਕੱਪ ਜਿਹੜਾ ਔਰ ਕਰਵਾਇਆ ਜਾ ਰਿਹਾ ਹੈ। ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਇਸ ਨਗਰ ਦੀ ਸ਼ਾਨ, ਜ਼ਿਲ੍ਹੇ ਕਪੂਥਲੇ ਦੀ ਸ਼ਾਨ, NRI ਵੀਰ ਪਹੁੰਚੇ ਹੋਏ ਨੇ। ਖੇਡ ਪ੍ਰਮੋਟਰਾਂ ਦੀ ਗੱਲ ਕੀਤੀ ਜਾ ਰਹੀ ਹੈ, ਆਓ ਵੱਡੇ ਮਾਣ ਹੈ ਨੌਜਵਾਨੋ ਸਾਡਾ ਵੀਰ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਡੇ ਇਸ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ 6ਵੀਂ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਲੀਡਰ ਸਿੰਘ ਜੀ ਪਹੁੰਚੇ ਹਨ। ਆਓ ਉਹਨਾਂ ਦੀ ਆਮਦ 'ਤੇ ਇੱਕ ਜੈਕਾਰਾ ਛੱਡ ਦਈਏ। ਬੋਲੇ ਸੋਨਿਹਾਲ ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀਓ, ਪਿੰਡ ਸੈਫਲਾਬਾਦ ਇੱਕ ਇਤਿਹਾਸਿਕ ਨਗਰ ਹੈ ਜਿਸ ਦਾ ਨਾਮ ਅੱਜ ਦੁਨੀਆ ਦੇ ਨਕਸ਼ੇ ਵਿੱਚ ਹੈ। ਇਸ ਨਗਰ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ 2 ਵਾਰਾਂ ਆਪਣੇ ਮੁਬਾਰਕ ਚਰਨ ਪਾ ਕੇ ਗਏ ਹਨ। ਪਹਿਲੀ ਵਾਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 1670 ਬਿਕਰਮੀ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਸੰਗਤਾਂ ਦੇ ਨਾਲ ਵਕਤ ਦਾ ਬਾਦਸ਼ਾਹ ਜਹਾਂਗੀਰ ਚੰਦੂ ਲਾਲ, ਗੁਰੂ ਘਰ ਦਾ ਦੋਖੀ ਅਤੇ ਉਹਨਾਂ 52 ਰਾਜਿਆਂ ਦੇ ਵਿੱਚੋਂ ਕੁਛ ਰਾਜੇ
ਇੱਥੇ ਆ ਕੇ ਵਿਸ਼ਰਾਮ ਕੀਤਾ ਅਤੇ ਇੱਥੋਂ ਦਰਿਆ ਦਾ ਪਤਨ ਲੰਘ ਕੇ ਅੰਮ੍ਰਿਤਸਰ ਨੂੰ ਗਏ। ਦੂਸਰੀ ਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਤੋਂ ਇਸ ਇਲਾਕੇ ਦੇ ਖੈੜਾ ਬੀਟ ਜੋ ਸਭ ਤੋਂ ਪੁਰਾਣਾ ਪਿੰਡ ਹੈ ਉੱਥੋਂ ਦੇ ਭਾਈ ਸਮੂਹ ਜੋ ਸੰਗਤਾਂ ਦੇ ਸਮੇਤ ਸਤਿਗੁਰਾਂ ਦੇ ਦਰਸ਼ਨ ਵਾਸਤੇ ਕਰਤਾਰਪੁਰ ਪਹੁੰਚਿਆ ਸੀ, ਉਸਨੇ ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਇਲਾਕੇ ਦੇ ਵਿੱਚ ਦਰਿਆ ਬਿਆਸ ਵਗਦਾ, ਇਸਦਾ ਸਾਰਾ ਹੀ ਕੰਢਾ ਜੰਗਲ ਬੀਆਬਾਨ ਹੈ, ਇੱਥੇ ਸ਼ੇਰ ਅਤੇ ਸ਼ੇਰਨੀ ਦਾ ਇੱਕ ਜੋੜਾ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਉਸ ਸ਼ੇਰ ਅਤੇ ਸ਼ੇਰਨੀ ਦਾ ਉਧਾਰ ਕੀਤਾ ਅਤੇ ਨਾਲ ਹੀ ਭਾਈ ਸਮੂਹ ਨੂੰ ਇਹ ਬਚਨ ਕਹੇ, ਭਾਈ ਸਮੂਹ ਜਿਸ ਜਲ ਦੇ ਵਿੱਚ ਅਸੀਂ ਇਸ਼ਨਾਨ ਕੀਤਾ ਹੈ ਇਹ ਪਵਿੱਤਰ ਜਲ ਹੈ, ਇੱਥੇ ਜੋ ਵੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਸਦੇ ਮਾਨਸਿਕ ਅਤੇ ਆਤਮਿਕ ਦੁੱਖ ਜਿਹੜੇ ਹਨ ਉਹ ਦੂਰ ਹੋਣਗੇ। ਸਤਿਗੁਰਾਂ ਦੇ ਉਹ ਬਚਨ ਅੱਜ ਪੂਰੇ ਹੋ ਰਹੇ ਹਨ। ਇਸ ਪਾਵਨ ਪਵਿੱਤਰ ਅਸਥਾਨ ਦੀ ਕਾਰ ਸੇਵਾ ਭਾਵੇਂ ਬਹੁਤ ਸਾਰੇ ਮਹਾਂਪੁਰਖਾਂ ਨੇ ਪਹਿਲਾਂ ਕੀਤੀ ਪਰ 1964 ਦੇ ਵਿੱਚ ਸੱਚਖੰਡ ਵਾਸੀ ਧੰਨ ਧੰਨ ਸੰਤ ਬਾਬਾ ਤੇਜਾ ਸਿੰਘ ਜੀ, ਧੰਨ ਧੰਨ ਸੰਤ ਬਾਬਾ ਮਿਲਖਾ ਸਿੰਘ ਜੀ ਨੇ ਕਾਰ ਸੇਵਾ ਦੇ ਕਾਰਜ ਆਰੰਭ ਕੀਤੇ, ਜੋ ਅੱਜ ਵੀ ਉਹਨਾਂ ਤੋਂ ਵਰਸਾ ਹੋਏ ਮਹਾਂਪੁਰਖ ਸੰਤ ਬਾਬਾ ਲੀਡਰ ਸਿੰਘ ਜੀ ਅਤੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਉਹ ਕਾਰ ਸੇਵਾ ਨਿਭਾ ਰਹੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੇਕਰ ਰਾਲਾ ਪੈ ਜਾਵੇ ਯਾਰ ਕਰਨ ਫੈਸਲਾ ਛੇਤੀ ਆਓ ਚੱਲਦਾ ਹੈ ਸ਼ਾਨਦਾਰ ਮੈਚ। ਪਲ ਇਧਰਲੇ ਪਾਸੇ ਦੇਖ ਲਿਆ ਗਏ ਪਈ ਹੋਈ ਕਬੱਡੀ, ਕਹਿੰਦੇ ਵੀ ਸੈਫਲਾਬਾਦ ਵਾਲੇ ਨਾਗੋ ਦੀ ਕੌਣ ਜਫਾ ਲਾਦਾ ਸੁਰਖਪੁਰੀ ਆ, ਇੱਕ ਪਾਸੇ ਰਵੀ ਇੱਕ ਪਾਸੇ ਨੰਬਰ ਦੋ ਤੇ ਮਹਿੰਦਾ ਤੇ ਨਾਲ
ਕਹਿੰਦੇ ਵੀ ਸ਼ਾਨਦਾਰ ਖਿਡਾਰੀ ਨੇ ਇਧਰਲੇ ਪਾਸੇ ਦੇਖ ਲਿਆ ਗੇ ਯਾਰ ਦੀਆਂ ਕੜੀਆਂ ਨੇ ਪਲ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ ਜਾ ਰਿਹਾ। ਸੰਤ ਬਾਬਾ ਲੀਡਰ ਸਿੰਘ ਜੀ ਸਾਡੇ ਕੋਲ ਵਿਰਾਜਮਾਨ ਹੋਏ ਨੇ। ਬਹੁਤ ਵੱਡੀ ਦੇਣ ਹੈ ਜਿਹਨਾਂ ਦੀ ਕਬੱਡੀ ਕੱਪ ਅੰਦਰ
हेलो 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 हले 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 भाई ताड़ियां मार दो सैफला बत सुरगपुरली महापुरशा बैठे हुए ने महापुरशा का सत्कार किया जा रहा है इस नगर दे विच कि लोगों नूं भी पता साधु सुते अगे जागदे आओ पहली एक बड़ी सैफला बत इहनूं नागो आख्या जांदा है आओ मिंदा सुखे दा वीर सुरगपुरली खेड़दा पर पिंड सैफला बत आओ नंबर सैफलाबादी टीम दा कहिंदे खिडारी जित भी जांदे ने खिडारी हर भी जांदे ने कैनेडा पांदे ने कि जफरे लांदे ने आओ भाई हो कबड्डी मैदान अंदर चलदा है शानदार मैच भाई हो कबड्डी दे उपर इधरले पासे निकलांगे इहनूं हैप्पी आख्या जांदा है बाज विरक सिंह जी भी साडे खेड प्रमोटर फ्रांस वाले ग्राउंड दा शिंगार ने 60 साल शो मैच होगा इस तो बाद नोट कर लेना 60 साल शो मैच ए मान नजबनो पई हुए कबड्डी सतनाम सैफलाबाद जोड़े सतनाम दे फैन ने ताड़ियां मार दिए बाज सिंह जी विरका खेड प्रमोटर फ्रांस वाले ग्राउंड दा हर शंगार बने हुए ने के वड्डे मान नजबनो अज प्यार दिता जा रहा है ਕਾਡੀ ਦੇ ਇਤਿਹਾਸ ਦੇ ਪੰਨਿਆਂ ਤੇ ਛਾ ਗਿਆ ਕਾਲੀ ਦੀ ਪਈ ਹੈ ਕਬੱਡੀ ਮੈਦਾਨ ਅੰਦਰ ਕੌਣ ਜਫਾ ਲਾਉਂਦਾ ਇਧਰਲੇ ਪਾਸੇ ਜਿੰਦਰ ਵਿਰਕ ਤੱਕਦਾ ਹੈ ਲਾਈਵ ਖੇਡ ਮੇਲਾ ਆਓ ਬੱਲੇ ਬੱਲੇ ਕਰਾਉਂਦਾ ਹੋਇਆ ਤੇ ਕੌਣ ਜਫਾ ਪਰਦਾ ਇਹਨੂੰ ਬਿੱਲੂ ਪਹਿਲਾਂ ਇਧਰਲੇ ਪਾਸੇ ਦੀਪ ਪੀਟੀਆਈ ਹੈਪੀ ਪੰਡਿਤ ਇਸ਼ਾਰਾ ਕਰਦਾ ਹੋਇਆ ਸਾਡਾ ਵੀਰ ਪੰਮਾ ਹੂਟਰ ਵਾਲਾ ਅੱਜ ਮਾਣ ਸਾਡੇ ਸਤਿਕਾਰਯੋਗ ਬੀਬੀਆਂ ਭੈਣਾਂ ਦਾ ਵੱਡਾ ਸਹਿਯੋਗ ਇਹ ਕਬੱਡੀ ਕੱਪ ਅੰਦਰ ਦਿੱਤਾ ਜਾ ਰਿਹਾ ਹੈ ਜਿੱਥੇ ਅੱਜ ਸਾਡੇ ਵੀਰ ਗੁਰਦੇਵ ਮਿੱਠੇ ਦਾ ਵੱਡੇ ਪੱਧਰ ਤੇ ਸਨਮਾਨ ਜਿੰਦਰ ਵਿਰਕ ਹੋਣਾ ਵੱਲੋਂ ਕੀਤਾ ਜਾਵੇਗਾ ਵੱਡੇ ਮਾਨ ਸਨਮਾਨ ਪਿਛਲੇ ਸਾਲ ਉਸਤਾਦ ਮੱਖਣ ਅਲੀ ਨੂੰ ਵੱਡਾ ਮਾਨ ਸਨਮਾਨ ਦਿੱਤਾ ਗੋਲਡ ਮੈਡਲ ਦੇ ਨਾਲ ਐਕਤੀ ਕਹਿੰਦੇ ਗੁਰਦੇਵ ਮਿੱਠੇ ਦੀ ਗੱਲ ਹੋਵੇਗੀ आओ मनोदीप कबड्डी दरले पासे चार खिडारियों की लगी चैन के उपर जिंदू टिब्बे हुणी भी सजा दिंदे ने 13 ते 14 तरीक टिब्बे दे खेड मेले दियां साडे जिंदू हुणा वल्लों रूबी टिब्बा मट्टा टिब्बा ते साडा वीर गामा टिब्बा अमन टिब्बे वाला सजा दिंदा चलदे मैच लई राणा महमद वालिया भी पहुंचा चाचा लखण के पड्डे आप अपनियां टीमां दे शिंगार बने हुए ने कोई भी टीम पिंड पद्धर की आ पहुंची हुई जिन्होंने सदा पत्र साडे काले नाल संपर्क करना ये टीमां नूं बेनती है मान सत्कार दिता जा रहा है अज प्यार दी खेड साडे सत्कारयोग आओ जी चरण सिंह जी ठेकेदार साहब जिंदर विरक उन्होंने सत्कारयोग पिता जी उन्होंने माता साहब पंजे ने धन्यवाद बड़ा सहयोग साढ़े वीर जिंदर विरक हैप्पी विरक बेला विरक उन्होंने सत्कारयोग माता जी पंजे ने ये मान सन्मान दिते जा रहे हैं उड़ते परंदे बारले लाइना लिंक सिस्टम आ जी सेंटर लाइन वो फर्स्ट च होगी गुरमीत सिंह जी सतनाम रेडली बड़े मान सम्मान हाफ टाइम तक जो चल रहा मैच सुरखपुर 16 सैफलाबाद 14.5 सुरखपुर 16 सैफलाबाद 14.5
ਬਈ ਨੌਜਵਾਨੋ ਅੱਜ ਕਬੱਡੀ ਦੇ ਖਿਡਾਰੀਆਂ ਦੀ ਗੱਲ ਕੀਤੀ ਜਾ ਰਹੀ ਹੈ। ਹੈਲੋ ਗੁਰਮੀਤ ਸਿੰਘ ਜੀ ਸਤਨਾਮ ਲਈ ਵੱਡੇ ਮਾਨ ਸਨਮਾਨ ਕਾਲਿਆ, ਅੱਜ ਤਾਂ ਵਧਾਈਆਂ ਤੈਨੂੰ ਵੀ ਦਿੱਤੀਆਂ ਜਾ ਰਹੀਆਂ ਨੇ, ਮਹਾਂਪੁਰਸ਼ਾਂ ਦਾ ਵੱਡਾ ਸਤਿਕਾਰ। ਸਪਰੇਅ ਵਾਲੇ ਵੀਰ ਨੂੰ ਬੇਨਤੀ ਆ, ਸਪਰੇਅ ਲੈ ਕੇ ਗਰਾਊਂਡ 'ਚ ਪਹੁੰਚੋ, ਜੇ ਕੋ ਸਪਰੇਅ ਆ ਸਪਰੇਅ ਲੈ ਕੇ ਗਰਾਊਂਡ 'ਚ ਪਹੁੰਚੋ। ਹਾਂਜੀ ਡਾਕਟਰ ਸਾਹਿਬ ਸਪਰੇਅ ਲੈ ਕੇ ਪਹੁੰਚਣ ਮਿਹਰਬਾਨੀ ਕਰਕੇ। ਅੱਜ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਨੌਜਵਾਨੋ, ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ, ਇਸ ਨਗਰ ਦੀ ਸ਼ਾਨ, ਜ਼ਿਲ੍ਹੇ ਕਪੂਰਥਲੇ ਦੀ ਸ਼ਾਨ, ਵੱਡੇ ਮਾਨ ਸਨਮਾਨੀ ਮਨੂ ਦੀ ਪਈ ਹੋਈ ਕਬੱਡੀ ਦੇ ਨਾਲ ਜੁੜੀਏ ਵੀ, ਮਨੂ ਪਈ ਹੋਈ ਕਬੱਡੀ ਮੈਦਾਨ ਅੰਦਰ, ਇਧਰਲੇ ਪਾਸੇ ਦੇਖ ਲਾਂਗੇ ਸੈਫਲਾਬਾਦ ਦਾ ਕਿਹੜਾ ਜਾਫੀ ਜਫਾ ਲਾਵੇਗਾ। ਗੱਲ ਸਮੇਂ ਦੀ, ਗੱਲ ਇੰਤਜ਼ਾਰ, ਇਹ ਦੀਪ ਹੈ ਪੀਟੀਆਈ, ਦੂਸਰੇ ਪਾਸੇ ਸਾਡਾ ਪੰਡਿਤ ਸਿਧਵਾ ਦੋਨਾ, ਇਹ ਵੱਡੇ ਮਾਣ ਹੈ ਕਿ ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ, ਕੈਨੇਡਾ ਪਾਉਂਦੇ ਨੇ ਕਿ ਜਫੇ ਲਾਉਂਦੇ ਨੇ। ਹਾਂਜੀ ਕਾਲਾ ਜੀ, ਦੋ ਮਿੰਟ ਇਧਰ ਪਾਸੇ ਆਓ, ਕਾਲਾ ਸਾਡਾ ਵੀਰ ਦੋ ਮਿੰਟ ਬਈ ਮਹਾਂਪੁਰਸ਼ਾਂ ਨੇ ਫੈਸਲਾ ਕੀਤਾ, ਸਿੱਧੀਆਂ ਟਾਈਆਂ ਪਾਈਆਂ ਜਾਣਗੀਆਂ, ਓਪਨ ਪਿੰਡ ਪੱਧਰ ਦੀਆਂ ਟੀਮਾਂ ਦੀਆਂ ਸਿੱਧੀਆਂ ਟਾਈਆਂ ਪਾਈਆਂ ਜਾਣਗੀਆਂ। ਇੱਕ ਵਾਰੀ ਜ਼ੋਰ ਦਾ ਤਾੜੀਆਂ ਮਾਰ ਦਈਏ ਮਹਾਂਪੁਰਸ਼ਾਂ ਦੇ ਨਾਂ ਦੀਆਂ, ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਸਾਡੇ ਸਤਿਕਾਰਯੋਗ ਨੇ, ਫੈਸਲਾ ਕੀਤਾ ਸਿੱਧੀਆਂ ਕਾਲੇ ਟਾਈਆਂ ਪਾ ਦਿਓ, 12 ਟੀਮਾਂ ਦੀਆਂ ਸਿੱਧੀਆਂ ਟਾਈਆਂ ਪੈਣਗੀਆਂ। ਇਹ ਨੋਟ ਕਰ ਲੈਣ, ਜਿਹੜੀਆਂ ਟੀਮਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਅੱਜ ਟਾਈਆਂ ਦੇ ਨਾਲ ਮੈਚ ਕਰਵਾਏ ਜਾਣਗੇ। ਜਿੰਦਰ ਵਿਰਕ ਹੁਣਾਂ ਨੇ ਜਾਣਕਾਰੀ ਦਿੱਤੀ, ਬਾਜ ਸਿੰਘ ਵਿਰਕ ਹੁਣਾਂ ਨੇ ਜਾਣਕਾਰੀ ਦਿੱਤੀ, ਖੇਡ ਪ੍ਰਮੋਟਰ, ਵੀ ਆਪਾਂ ਟਾਈਆਂ ਦੇ ਨਾਲ ਮੈਚ ਕਰਵਾਵਾਂਗੇ। ਇਹ ਮਾਣ ਹੈ ਨੌਜਵਾਨੋ, ਖਿਡਾਰੀਆਂ ਦੇ ਅੱਜ ਵੱਡੇ ਸਨਮਾਨ ਕੀਤੇ ਜਾ ਰਹੇ ਨੇ। ਅੱਜ ਦੇ ਇਸ ਕਬੱਡੀ ਕੱਪ ਅੰਦਰ ਬਈ ਆਪਾਂ ਥੋੜਾ ਜਿਹਾ ਬੈਂਚ ਸਾਈਡ ਤੇ ਕਰ ਦਈਏ ਜੀ, ਇਹ ਅੱਜ ਮਾਣ ਦਿੱਤੇ ਜਾ ਰਹੇ ਨੇ। ਆਓ ਪਈ ਹੋਈ ਕਬੱਡੀ, ਆਓ ਦੇਖ ਲਾਂਗੇ ਭਲਾ ਦੀਪ ਪੀਟੀਆਈ ਮਨੂ ਨੰਬਰ ਜੋੜਦਾ ਹੋਇਆ। ਇਸ ਤੋਂ ਬਾਅਦ ਜਾਣਕਾਰੀ ਦੇ ਦਈਏ ਵੀ ਕਿਹੜਾ ਮੈਚ ਹੋਵੇਗਾ। ਮਾਸਟਰ ਸਰਵਣ ਸਿੰਘ ਜੀ ਔਜਲਾ ਸੁਰਖਪੁਰ ਵਾਲੇ ਸਟੇਜ ਦੇ ਉੱਪਰ ਵਿਰਾਜਮਾਨ ਹੋਣ, ਮਾਸਟਰ ਸਰਵਣ ਸਿੰਘ ਜੀ ਔਜਲਾ। ਆਓ ਪਈ ਹੋਈ ਕਬੱਡੀ ਸੰਤਨਾਮ, ਆਓ ਸੈਫਲਾਬਾਦ ਕਰਦਾ ਹੈ ਦੂਸਰੇ ਪਾਸੇ ਵੀਰ, ਆਓ ਜਿੰਦਰ ਨੂੰ ਡਾਨ ਆਖਿਆ ਜਾਂਦਾ ਹੈ, ਕਦੇ ਵਿਰਕ ਦੇ ਤੌਰ ਤੇ ਦੁਨੀਆਂ ਜਾਣਦੇ ਇਹਨੂੰ ਜਿੰਦਰ ਡਾਨ, ਕਦੇ ਖਾਣ ਵਾਲੀ ਇਹਨੂੰ ਨੱਟ ਗਿਆਰਾ। ਡਾਕਟਰ ਸਾਹਿਬ ਪਿੱਛੇ ਹਟ ਜਾ, ਮੁੰਡਿਆਂ ਦੇ ਵਿੱਚ ਜ਼ੋਰ ਬਾਹਲਾ ਹੈ। ਇਹ ਮਾਣ ਹੈ ਸਾਡੇ ਡਾਕਟਰ ਸਾਹਿਬ ਮੈਡੀਕਲ ਲੈ ਕੇ ਪੁੰਜੇ ਹੋਏ ਨੇ, ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਦਾ ਧੰਨਵਾਦ। ਮੋਟਰਸਾਈਕਲ ਖਿੱਚਿਆ ਜਾਵੇਗਾ ਨੌਜਵਾਨੋ, ਦੰਦਾਂ ਨਾਲ ਤੇ ਕੰਨਾਂ ਨਾਲ, ਦੰਦਾਂ ਨਾਲ ਮੋਟਰਸਾਈਕਲ ਇੱਥੇ ਲਿਆਓ ਜੀ, ਇੱਥੇ 365 ਵਾਲਿਆਂ ਦੇ ਉੱਪਰ ਲਾਈਵ ਦੇਖਣਾ ਕਬੱਡੀ 365.com ਦੀ ਸਾਰੀ ਟੀਮ ਦਾ ਵੱਡਾ ਸਹਿਯੋਗ। ਆ ਮੈਚ ਸਮਾਪਤ ਹੋ ਜਾਂਦੇ ਉਸ ਤੋਂ ਬਾਅਦ, ਆਓ ਪਈ ਹੋਈ ਕਬੱਡੀ ਮੈਦਾਨ ਅੰਦਰ, ਅਜੇ ਦਾ ਲੱਗਿਆ ਹੈ ਤਗੜਾ ਜਫਾ ਅੰਦਰ ਦੋ, ਇੱਥੇ ਰੱਖ, ਏਦਾਂ ਦੇ ਜਫੇ ਲੱਗਦੇ ਨੇ, ਹਜ਼ਾਰਾਂ ਡਾਲਰ ਹਜ਼ਾਰਾਂ ਪੌਂਡ ਦਿੱਤੇ ਜਾਂਦੇ ਨੇ, ਇਹ ਵੱਡੇ ਮਾਨ ਸਨਮਾਨ ਨੇ। ਆਓ ਪਈ ਹੋਈ ਕਬੱਡੀ, ਕਬੱਡੀ ਤਾਂ ਸਾਪਾ ਡਾਟ ਕਾਮ ਦੀ ਸਾਰੀ ਟੀਮ ਦਾ ਵੱਡਾ ਸਹਿਯੋਗ ਅੱਜ ਦਿੱਤਾ ਜਾ ਰਿਹਾ ਹੈ ਨੌਜਵਾਨੋ। ਅੱਜ ਦੇ ਮੇਲੇ ਦੇ ਵਿੱਚ ਮਾਨ ਸਨਮਾਨ ਦਿੱਤੇ ਜਾ ਰਹੇ ਨੇ। ਆਓ ਦੂਸਰੇ ਪਾਸੇ ਸ਼ਿੰਦੇ ਦਾ ਯਫਾ ਤਾੜੀਆਂ ਮਾਰ ਦਈਏ, ਕਿ ਤਾੜੀਆਂ ਜਦ ਵੀ ਵੱਜਦੀਆਂ ਨੇ। ਇਹ ਫਾਈਨਲ ਮੈਚ ਚੱਲਦਾ ਹੋਇਆ, ਚਰਨ ਸਿੰਘ ਜੀ ਠੇਕੇਦਾਰ ਵਿਰਕ ਸਾਹਿਬ ਬੈਠੇ ਹੋਏ ਨੇ, ਬਾਜ ਸਿੰਘ ਜੀ ਵਿਰਕ ਸਾਹਿਬ ਖੇਡ ਪ੍ਰਮੋਟਰ ਫਰਾਂਸ ਵਾਲੇ, ਕਹਿੰਦੇ ਵੀ ਅੱਜ ਬੈਸਟ ਰੇਡਰ ਬੈਸਟ ਟਰਾਫੀ ਨੂੰ ਸਾਡਾ ਜਿੰਦਰ ਵਿਰਕ ਐਲਾਨ ਕਰਦਾ, ਮੋਟਰਸਾਈਕਲ ਸਪਾਂਸਰ ਕੀਤੇ ਜਾਣਗੇ।
मनो दी पेहे कबड्डी मैदान अंदर उधर वासे सुखा कदे पंडाल दोने वाले दी चर्चा है इधर ले वासे सुखा आठ बंदो सैफलाबाद वाला करदा है अंदर दूर ओ मनो सुरखपुरिया नंबर जोड़ दा है कबड्डी दे खिलाड़ियां दी ए मान सम्मान दिते जा रहे ने आए स्केट मेले दे विच सब नु प्यार उधरले पासे पेंडू नु पेंडू टक्कर गया ताड़ियां वजड़ गया एक पासे मिंदा दूसरे पासे सतनाम ताड़ियां मार दिए भी पेंडू नु पेंडू टक्करिया होया ए मान है कबड्डी तांसा पॉइंट आउट कम दी सारी टीम दा वड्डा सहयोग दिता जा रहा है ए साढ़े कबड्डी तांसा पॉइंट आउट कम दी सारी टीम दा वड्डा सहयोग दिता जा रहा है हां जी काला जी आओ मैच जानकारी दईए भी केड़ा मैच खेडिया जाएगा इस तो बाद साढ़े काला वीर जानकारी देवे ए मान नजबन अज मोटरसाइकिल खिंचा जाएगा महापुरशां नूं वधाइया दित्तियां यारियां ने अज दे इस कबड्डी कप दियां संगतां दा बहुत वड्डा सहयोग दिता जा रहा है ए खेड मेले दे विच ओ रवि दा जफा इधरले पासे देख लै के रवि दा जफा ए अज मान सन्मान दिते जा रहे ने नजबन नूं हां जी महापुरशां ने पहला फैसला किया भी अज टाइया दे नाल मैच करवाए जाएंगे बाज सिंह जी विरक साहब महापुरशां वल बेनती है भाई टाइया दे नाल मैच करवाए जाएंगे आओ भाई हो कबड्डी सिरे पासे इहनू हैप्पी सुरखपुरी आख्या जांदा है सतनाम नौजवान नूं इधरले पासे सैफलाबाद वाला बांदा होया कबड्डी कोई दसदा पिट्टू तिकाल वरे किवें उड़दे परिंदा ने फड़ी जांदा वाले सुखे गोगो मंगी पेंडू नूं पेंडू टकरिया मिंदा 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 होए पईए वजड़ गया ताड़ियां इत्थे रख कहिंदा कूणी फड़के देख आओ हाथ जुड़ गया शेरां दे जिहड़े मिंदे दे फैन ताड़ियां मरोए ये ताड़ियां बजदियां होईआं ने चलदा है शानदार मैच साडा मिंदू वीर भी पहुंचा नजबन नूं सुरखपुरी आ सब दा प्यार मिंदू जी आओ इधरले पासे बड़ा पैरा ढिलाया कोई चाल आ नहीं किसे पासे बोड़िया सतनाम सिंह फोरमैन जी तुहाडे सेवादार किधर चाल है सात साल शो मैच सुनी जी ये मान सम्मान दिता जाएगा ये सब नु सदे दिते जा रहे ने आ पई हो गोडी मैदान अंदर उधरले पासे सागो आओ देख लांगे
हेलो 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 वड़ा सहयोग आज इस कबड्डी कप अंदर यादविंदर यादा भी साडा काला वीर जानकारी दिंदा पहुंच रहा मनिंदर सिंह जी आजला सरवण सिंह जी सिरकपुर वाले वड़े ने आज इस कबड्डी कप अंदर आओ पई हुई कबड्डी लगे हुआ तगड़ा।